Employee Provident Fund Scheme 1952, page number 186. Employee Provident Fund Scheme ਜਿਹੜੀ 1952 ਸਟਾਰਟ ਹੋਈ ਇਹਦੇ ਬਾਰੇ ਆਪਾਂ ਕੱਲ ਤੋਂ ਹੀ ਪਹਿਲਾਂ ਪੜ੍ਹਦੇ ਆ ਰਹੇ ਹਾਂ। 1952 ਦੇ ਪਾਸ ਹੋਇਆ ਸੀ, ਇਸ ਲਈ ਅਸੀਂ ਵੇਜਿਸ ਇੰਪਲੋਈ ਜਿਹੜੇ ਕੰਪਨੀ ਲੱਗੇ ਹੋਏ ਆ ਉਹਨਾਂ ਨੂੰ ਜੋ ਹੈ ਫਿਊਚਰ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ। ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋਣੀ ਆ ਉਹਨਾਂ ਲਈ ਪੈਨਸ਼ਨ ਸਕੀਮ ਵੀ ਲੱਗ ਜਾਂਦੀ ਹੈਗੀ ਆ, ਉਹਨਾਂ ਨੂੰ ਇਕੱਠਾ ਪੈਸਾ ਵੀ ਮਿਲ ਜਾਂਦਾ ਹੈ ਆਪਣੇ ਫੈਮਿਲੀ ਦੇ ਉੱਪਰ ਜਾਂ ਕਿਸੇ ਹੋਰ ਪਰਸਨ ਤੇ ਡਿਪੈਂਡ ਨਾ ਰਹਿਣ ਲਈ, ਇਸ ਲਈ ਵੀ ਪ੍ਰੋਵੀਡੈਂਟ ਫੰਡ ਸਕੀਮ ਜੋ ਹੈ ਸਟਾਰਟ। ਇਹਦੇ ਵਿੱਚ ਜਿਹੜਾ ਇਹਨਾਂ ਰੇਟ ਫਿਕਸ ਕੀਤਾ ਸੀਗਾ ਹਰੇਕ ਇੰਪਲੋਈ ਦੀ 10% ਵੇਜਿਸ ਦੇ ਵਿੱਚੋਂ ਕੱਟ ਕੇ ਫੰਡ ਸਕੀਮ ਦੇ ਵਿੱਚ ਪੈਸਾ ਚਲਾ ਜਾਂਦਾ ਹੈਗਾ। ਕੋਈ ਵੀ ਇੰਪਲੋਈ ਜਿੱਥੇ ਵੀ ਤੁਹਾਡੀ ਕੰਪਨੀ ਨੇ ਫੰਡ ਕੱਟਦਾ ਹੈਗਾ ਉਹ ਤਾਂ 10% ਤੁਹਾਡੀ ਵੇਜਿਸ ਦਾ ਕੱਟਦਾ ਹੈਗਾ। ਹੁਣ ਇਹਨਾਂ ਨੇ ਥੋੜ੍ਹਾ ਜਿਹਾ ਅਪਲਿਫਟ ਕੀਤਾ ਸੀ ਕਿ ਹੁਣ ਇਹਨਾਂ ਨੇ ਕਈ ਵਾਰ 12% ਕਈ ਕੰਪਨੀ ਦੇ ਵਿੱਚ 12% ਵੀ ਕੱਟਣ ਲੱਗ ਜਾਏਗੀ। ਤੁਹਾਡੀ ਜਿੰਨੀ ਬੇਸਿਕ ਪੇ ਹੈਗੀ ਹੈ, ਸੈਲਰੀ ਪੂਰੀ ਨਹੀਂ ਹੁੰਦੀ, ਜਿੰਨੀ ਬੇਸਿਕ ਪੇ, ਬੇਸਿਕ ਪੇ ਦੇ ਉੱਪਰ ਅਲੱਗ ਅਲੱਗ ਚੀਜ਼ਾਂ ਮਿਲਦੀਆਂ, ਫਿਰ ਜਾ ਕੇ ਸੈਲਰੀ ਪੂਰੀ ਹੁੰਦੀ ਹੈ। ਬੇਸਿਕ ਪੇ ਦਾ 10%, ਠੀਕ ਹੈ, ਤੁਹਾਡਾ ਫੰਡ ਸਕੀਮ ਦੇ ਵਿੱਚ ਜਾਂਦਾ ਹੈਗਾ। ਇਹਦੇ ਵਿੱਚ ਕੁਛ ਇੰਪਲੋਈ ਕੰਪਨੀਆਂ ਅਨਐਗਜ਼ੈਂਪਟਿਡ ਵੀ ਨੇ, ਮੀਨਸ ਜਿਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ। ਜਿਹੜੀਆਂ ਕੰਪਨੀਆਂ ਤਾਂ ਇੰਪਲੋਈ ਜਿਹਨਾਂ ਤੋਂ 20 ਤੋਂ ਜ਼ਿਆਦਾ ਘੱਟ ਕੰਮ ਕਰ ਰਹੇ ਨੇ ਉਹ ਨਹੀਂ ਆਉਂਦੀ ਹੈਗੀਆਂ, ਜਾਂ ਫਿਰ ਕੋਈ ਕੋਆਪਰੇਟਿਵ ਸੁਸਾਇਟੀਜ਼ ਵਗੈਰਾ ਹੋ ਗਈਆਂ ਉਹ ਸਕੀਮ ਦੇ ਵਿੱਚ ਨਹੀਂ ਆਉਂਦੀ ਹੈਗੀਆਂ। ਅਗਰ ਇਸ ਤੋਂ ਇਲਾਵਾ ਵੀ ਕੁਛ ਕੰਪਨੀਆਂ ਚਾਹੁੰਦੀਆਂ ਵੀ ਅਸੀਂ ਨਹੀਂ ਫੰਡ ਫੁੰਡ ਕੱਢਣਾ ਚਾਹੁੰਦੇ ਤਾਂ ਉਹ ਨਹੀਂ ਦਿੰਦੇ, ਨਹੀਂ। ਵੈਸੇ ਇਹ ਐਕਟ ਜੋ ਹੈ ਆਲ ਓਵਰ ਇੰਡੀਆ ਦੇ ਵਿੱਚ ਅਪਲਾਈ ਹੁੰਦਾ ਹੈਗਾ। ਈ ਪੀ ਐਫ ਇੰਟਰਸਟ ਰੇਟ ਜਿਹੜਾ ਹੈਗਾ ਉਹ ਗੌਰਮੈਂਟ ਫਿਕਸ ਕਰਦੀ ਹੈ। ਗੌਰਮੈਂਟ ਦੇ ਹਿਸਾਬ ਨਾਲ ਜੋ ਹੈ ਰੇਟ ਚੱਲਦਾ ਹੁੰਦਾ ਹੈ, ਕਦੀ 8%, 10%, 9%, ਇਹ ਹਰ ਬਜਟ ਦੇ ਵਿੱਚ ਤੁਸੀਂ ਦੇਖੋਗੇ, ਕਦੀ ਘਟਾ ਦਿੰਦੇ ਨੇ, ਕਦੀ ਵਧਾ ਦਿੰਦੇ ਹੈਗੇ ਨੇ। ਬਜਟ ਦੇ ਵਿੱਚ ਮੋਸਟਲੀ ਜ਼ਿਆਦਾਤਰ ਵਧਾਉਂਦੇ ਹੈਗੇ ਨੇ, ਬਾਅਦ ਦੇ ਵਿੱਚ ਰਨਿੰਗ ਈਅਰ ਦੇ ਵਿੱਚ ਥੋੜ੍ਹਾ ਬਹੁਤ ਕਦੀ ਘਟਾ ਦਿੰਦੇ ਨੇ, ਵਧਾਉਂਦੇ ਨੇ ਪਿੱਛੇ। ਹੁਣ ਇਹਨਾਂ ਨੂੰ ਗੌਰਮੈਂਟ ਨੇ ਇਹ ਵੀ ਰੱਖ ਦਿੱਤਾ ਹੈ, ਅਗਰ ਤੁਸੀਂ ਲਗਾਤਾਰ ਤੁਹਾਡੇ ਜਿਵੇਂ ਫੰਡ ਤੁਸੀਂ ਕੰਪਨੀ ਛੱਡਦੀ, ਫੰਡ ਦਾ ਪੈਸਾ ਨਹੀਂ ਕਢਾ ਰਹੇ ਹੋ ਤਾਂ 3-4 ਸਾਲ ਲੱਗਦਾ ਇਹਨਾਂ ਨੂੰ, 5 ਸਾਲ ਤੱਕ ਵਿਆਜ ਲਗਾਉਣਗੇ, ਉਸ ਤੋਂ ਬਾਅਦ ਕੋਈ ਵਿਆਜ ਲਗਾਉਣਗੇ। ਪਹਿਲਾਂ ਹੁੰਦਾ ਸੀ ਜਿਹੜੇ ਬੰਦੇ ਛੱਡ ਦਿੰਦੇ ਪੈਸੇ ਕਢਾਉਂਦੇ ਨੇ, ਸੀ ਵਿਆਜ ਤੇ ਵਿਆਜ ਗੌਰਮੈਂਟ ਦਿੰਦੇ, ਹੁਣ ਇਹਨਾਂ ਨੇ ਬੰਨ ਕਰਤਾ ਸੀ ਵਿਆਜ ਨਹੀਂ ਲਗਾਉਣਾ, ਜੇਕਰ ਕਢਾਉਣਾ ਤਾਂ ਤੁਸੀਂ ਕਢਾ ਸਕਦੇ ਹੋ। ਵੈਸੇ ਇਹਦੀ ਲਿਮਿਟ ਹੈਗੀ ਹੈ, ਤੁਸੀਂ 58 ਸਾਲ ਤੱਕ ਹੀ ਇਹਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ, 58 ਸਾਲ ਤੋਂ ਬਾਅਦ ਤੁਹਾਡੀ ਜ਼ਮੀਨ 'ਚ ਪੈਸਾ ਨਿਕਲੇਗਾ। ਅਗਰ ਰਨਿੰਗ ਟਾਈਮ ਲਈ ਤੁਸੀਂ ਕਦੀ ਕੰਪਨੀ ਛੱਡਤੀ ਤਾਂ ਜਦੋਂ ਮਰਜ਼ੀ ਤੁਸੀਂ ਬੈਂਕ 'ਚ ਕਢਾ ਸਕਦੇ ਹੋ। ਫਿਰ ਹੈਗਾ ਵਿਡਰੋ, ਵਿਡਰੋ ਦੇ ਵਿੱਚ ਇਹਨਾਂ ਨੇ ਇਹ ਲਿਖਿਆ ਹੈਗਾ ਜਦੋਂ ਤੁਸੀਂ ਕਹਿੰਦਾ ਅਟੇਨਿੰਗ ਏਜ 58 ਕਰ ਲਓ, ਇੱਥੇ 58 ਈਅਰ ਤੱਕ ਤੁਹਾਡੀ ਏਜ ਤੁਸੀਂ ਇਹਦੇ ਵਿੱਚ ਪੈਸੇ ਜਮ੍ਹਾਂ ਕਰਵਾ ਸਕਦੇ ਹੋ। 58 ਏਜ ਕੰਪਲੀਟ ਹੋਈ ਉਸ ਤੋਂ 1 ਸਾਲ ਬਾਅਦ ਤੁਹਾਨੂੰ ਜਿਹੜੇ ਵੈਸੇ ਤੁਹਾਡੇ ਨਿਕਲ ਸਕਦੇ ਹੈਗੇ, ਮਤਲਬ ਤੁਹਾਡੀ ਅਗਰ ਪੈਨਸ਼ਨ ਲਗਵਾਉਣੀ ਤਾਂ 1 ਸਾਲ ਬਾਅਦ ਪੈਨਸ਼ਨ ਵੀ ਨਾਲ ਲੱਗ ਜਾਏਗੀ। ਜਿਹੜੇ ਤੁਹਾਡੇ ਆਪਣੇ ਪੈਸੇ ਕੱਟ ਹੋਏ ਸੀਗੇ, ਇੰਪਲੋਇਰ ਦਾ ਥੋੜ੍ਹਾ ਜਿਹੜਾ ਸ਼ੇਅਰ ਹੋਏਗਾ ਉਹ ਤੁਹਾਡਾ ਨਾਲ ਦੀ ਨਾਲ ਵਿਡਰੋ ਹੋ ਜਾਏਗਾ, ਜਿਹੜੇ ਪੈਨਸ਼ਨ ਸਕੀਮ 'ਚ ਜਾਣਗੇ ਉਹਦੀ ਪੈਨਸ਼ਨ ਲੱਗ ਜਾਂਦੀ ਹੈ। ਨੈਕਸਟ ਤੁਹਾਡੇ ਕੋਲ ਇਹਦੇ ਵਿੱਚ ਹੈਗਾ ਜਿਹੜੇ ਅਸੀਂ ਵਿਡਰੋ ਕਰਦੇ ਹਾਂ ਉਹਦੇ ਵਿੱਚ ਕੁਛ ਇਹਨਾਂ ਨੇ ਇਹ ਵੀ ਲਿਖਿਆ ਵੀ ਤੁਹਾਨੂੰ ਕਾਹਦੇ ਲਈ ਤੁਸੀਂ ਇਹ ਪੈਸੇ ਜਮ੍ਹਾਂ ਕਰਵਾਉਣੇ ਹੈਗੇ, ਜਾਂ ਵਿਡਰੋ ਸੰਬੰਧੀ ਕਿਸ ਬੇਸ ਲਈ ਤੁਸੀਂ ਵਿਡਰੋ ਕਰਵਾ ਸਕਦੇ ਹੋਗੇ। ਕਈ ਵਾਰ ਮੰਨ ਲਓ ਰਨਿੰਗ ਟਾਈਮ ਦੇ ਵਿੱਚ ਤੁਸੀਂ ਪੈਸੇ ਕਢਾਉਣੇ ਹੈਗੇ ਨੇ, ਉਹਦੇ ਵਿੱਚ ਤੁਹਾਨੂੰ ਰੀਜ਼ਨ ਦੇਣਾ ਪੈਂਦਾ, ਤੁਸੀਂ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ ਪੈਸੇ ਕਢਵਾ ਸਕਦੇ ਹੋ, ਇੰਨੀ ਵੀ ਕੰਪਨੀ ਛੱਡਾਂਗੇ ਤਾਂ ਹੀ ਨਿਕਲੋਗੇ, ਰਨਿੰਗ ਟਾਈਮ ਦੇ ਵਿੱਚ ਵੀ ਕਢਵਾ ਸਕਦੇ ਹੋ। ਲੇਕਿਨ ਉਹਦੇ ਵਿੱਚ ਕੁਛ ਹੈਗੀਆਂ ਨੇ ਫਾਈਨਾਂਸਿੰਗ ਆਫ ਲਾਈਫ ਇੰਸ਼ੋਰੈਂਸ ਪਾਲਿਸੀ, ਅਗਰ ਤੁਸੀਂ LIC ਵਗੈਰਾ ਖਰੀਦਣੀ ਹੈ ਤਾਂ ਵੀ ਤੁਸੀਂ ਆਪਣੇ ਪੈਸੇ ਕਢਵਾ ਸਕਦੇ ਹੋ। ਹਾਊਸ ਘਰ ਬਣਾਉਣੇ ਹੈ ਤਾਂ ਵੀ ਕਢਾ ਸਕਦੇ ਹੋ। ਕਿਸੇ ਕੰਪਨੀ ਦੇ ਸ਼ੇਅਰ ਵਗੈਰਾ ਖਰੀਦਣੇ ਹੈਗੇ ਨੇ ਉਹ ਵੀ ਖਰੀਦ ਸਕਦੇ ਹੋ ਤੁਸੀਂ ਪੈਸੇ ਕਢਵਾ ਕੇ। ਟੈਂਪਰੇਰੀ ਕਲੋਜ਼ਰ ਆਫ ਇਸਟੈਬਲਿਸ਼ਮੈਂਟ, ਅਗਰ ਕੋਈ ਕੰਪਨੀ ਕੁਛ ਟਾਈਮ ਲਈ ਬੰਦ ਹੋ ਗਈ ਹੈਗੀ ਹੈ, ਮੰਨ ਲਓ ਕਿ ਕੰਪਨੀ ਜਲਦੀ ਜਲਦੀ ਉਹਨਾਂ ਕੋਲ ਪ੍ਰੋਡਕਸ਼ਨ ਦਾ ਕੰਮ ਹੈ ਨਹੀਂ, ਤਾਂ ਉਹਨਾਂ ਨੇ ਮਹੀਨਾ ਦੋ ਮਹੀਨਾ ਰੈਸਟ ਦਿੱਤੀ ਇੰਪਲੋਈ ਨੂੰ, ਉਸ ਟਾਈਮ ਦੇ ਇੰਪਲੋਈ ਕੋਲ ਕਿਉਂਕਿ ਪੈਸੇ ਨਹੀਂ ਹੁੰਦੇ ਤਾਂ ਵੀ ਕੰਪਨੀ ਦੇ ਵਿੱਚੋਂ ਅਸੀਂ ਕਢਾ ਸਕਦੇ ਹਾਂ ਵੀ ਆਪਣਾ ਪੈਸਾ ਹੀ। ਇਲਨੈਸ ਆਫ ਮੈਂਬਰ, ਫੈਮਿਲੀ ਮੈਂਬਰ, ਤੁਸੀਂ ਬਿਮਾਰ ਹੋ ਗਏ ਜਾਂ ਫੈਮਿਲੀ ਮੈਂਬਰ ਬਿਮਾਰ ਹੋ ਗਏ ਉਸ ਟਾਈਮ 'ਤੇ ਵੀ ਫਸਟ ਪੈਸਾ ਕਢਾ ਸਕਦੇ ਹਾਂ। ਮੈਂਬਰ ਓਨ ਮੈਰਿਜ, ਫੋਰ ਮੈਰਿਜ, ਸਿਸਟਰ, ਬ੍ਰਦਰ, ਡਾਟਰ, ਸਨ, ਪੋਸਟ ਮੈਟ੍ਰੀਕੁਲੇਸ਼ਨ, ਐਜੂਕੇਸ਼ਨ ਆਫ ਚਿਲਡਰਨ, ਤੁਹਾਡਾ ਵਿਆਹ ਹੈਗਾ, ਤੁਹਾਡੇ ਘਰਦਿਆਂ ਦਾ ਵਿਆਹ ਹੈਗਾ, ਤੁਸੀਂ ਆਪਣੀ 10ਵੀਂ ਕਲਾਸ ਪਾਸ ਕਰਨੀ ਹੈਗੀ, ਉਸ ਤੋਂ ਉੱਪਰਲੀ ਪਾਸ ਕਰਨੀ ਹੈ, ਘਰੇ ਕੰਮ ਕਰਦੇ ਕਰਦੇ, ਤਾਂ ਫੰਡ ਦੇ ਪੈਸੇ ਤੁਸੀਂ ਕਢਵਾ ਸਕਦੇ ਹੋ। ਡੈਮੇਜ ਟੂ ਮੂਵੇਬਲ ਐਂਡ ਇਮੂਵੇਬਲ ਪ੍ਰੋਪਰਟੀ, ਤੁਹਾਡੇ ਕੋਲ ਜਿਹੜੀ ਪ੍ਰੋਪਰਟੀ ਹੈਗੀ ਸੀਗੀ ਉਹ ਡੈਮੇਜ ਹੋ ਗਈ, ਮੂਵੇਬਲ ਕਿਹੜੀ ਹੋਏਗੀ ਜਿਵੇਂ ਕਾਰ ਵਗੈਰਾ ਹੋਣਗੀਆਂ ਜਾਂ ਕੁਛ ਹੋ ਗਈਆਂ ਉਹ ਡੈਮੇਜ ਹੋ ਗਈ, ਤੁਸੀਂ ਲਈ ਪੈਸੇ ਕਢਾ ਸਕਦੇ। ਇਮੂਵੇਬਲ ਤੁਹਾਡਾ ਘਰ ਵਗੈਰਾ ਖਰਾਬ ਹੋ ਜਾਂਦਾ, ਉਹਨੂੰ ਰੀਨੋਵੇਸ਼ ਕਰਾਉਣੀ ਹੈ ਤਾਂ ਵੀ, ਅਗਰ ਤੁਹਾਡੇ ਹਸਬੈਂਡ ਦਾ ਵਿਆਹ ਵੀ ਹੋਏਗਾ ਤਾਂ ਵੀ ਤੁਸੀਂ ਪੈਸੇ ਕਢਾ ਸਕਦੇ ਹੈਗੇ ਹੋ। ਉਸ ਤੋਂ ਬਾਅਦ ਹੈਗਾ ਅਨਇੰਪਲੋਇਮੈਂਟ ਰਿਲੀਫ ਟੂ ਇੰਡੀਵਿਜੁਅਲ ਰਿਟਰੈਂਚਡ ਮੈਂਬਰਸ, ਅਗਰ ਤੁਹਾਨੂੰ ਲੱਗਦਾ ਹੈਗਾ ਤੁਹਾਡੇ ਹਿਸਾਬ ਨਾਲ ਅਨਇੰਪਲੋਇਡ ਮੈਂਬਰ ਹੈਗਾ ਜਿਹਨਾਂ ਨੂੰ ਅਸੀਂ ਸੈਲਫ ਮੰਨ ਲਈ ਕੋਈ ਸਹਾਇਤਾ ਕਰਨਾ ਚਾਹੁੰਦੇ ਹਾਂ, ਤੁਹਾਡਾ ਫੈਮਿਲੀ ਮੈਂਬਰ ਅਨਇੰਪਲੋਇਡ ਹੋਇਆ ਹੋਇਆ ਹੈਗਾ ਤਾਂ ਉਸ ਟਾਈਮ 'ਤੇ ਵੀ ਤੁਸੀਂ ਪੈਸੇ ਕਢਵਾ ਸਕਦੇ ਹੋ। ਕੱਟ ਇਨ ਸਪਲਾਈ ਆਫ ਇਲੈਕਟ੍ਰੀਸਿਟੀ, ਤੁਹਾਡੇ ਘਰ ਦੀ ਬਿਜਲੀ ਕੱਟੀ ਗਈ ਹੈ ਕਾਫੀ ਟਾਈਮ ਤੋਂ, ਤੁਸੀਂ ਬਿੱਲ ਬੁੱਲ ਨਹੀਂ ਭਰਿਆ ਤਾਂ ਉਸ ਟਾਈਮ 'ਤੇ ਵੀ ਗੌਰਮੈਂਟ ਫੈਸਿਲਿਟੀ ਦਿੰਦੀ ਹੈ, ਤੁਸੀਂ ਜੋ ਹੈ ਆਪਣਾ ਪੈਸੇ ਕਢਾਓ ਔਰ ਆਪਣਾ ਬਿੱਲ ਭਰੋ। ਗ੍ਰਾਂਟ ਆਫ ਐਡਵਾਂਸ ਟੂ ਮੈਂਬਰਸ, ਅਗਰ ਕਿਸੇ ਪਰਸਨ ਨੂੰ ਐਡਵਾਂਸ ਦੀ ਲੋੜ ਹੈਗੀ ਹੈ, ਫਿਜ਼ੀਕਲ ਹੈਂਡੀਕੈਪ ਹੈਗਾ, ਉਹਨੇ ਕੋਈ ਸਮਾਨ ਖਰੀਦਣਾ ਹੈ ਕਿ ਸਾਈਕਲ ਸੂਕਲ ਜਾਂ ਕੁਛ ਚੱਲਦੀ ਕੁਰਸੀ ਜਿਹਦੇ ਹੈਂਡੀਕੈਪ ਜਿਹੜੇ ਚੱਲ ਸਕਦੇ,
ਤੇ ਉਹਦੇ ਵਿੱਚ ਕੀ ਫਿਰ ਅਸੀਂ ਉਹਦੇ ਟਾਈਮ ਦੇ ਵੀ ਪੈਸੇ ਕਢਵਾ ਸਕਦੇ ਹਾਂ ਜਦੋਂ ਅਸੀਂ ਕੰਪਨੀ ਦੇ ਵਿੱਚ ਕੰਮ ਕਰਨਾ ਤਾਂ ਇਹ ਕੰਡੀਸ਼ਨਾਂ ਹੁੰਦੀਆਂ ਨੇ ਅਗਰ ਫੰਡ ਹਾਂ ਫੰਡ ਤੁਸੀਂ ਕਢਵਾਉਣਾ ਨਾ ਉਹਦੇ ਵਿੱਚ ਐਡਵਾਂਸ ਦੀ ਲਿਖੀ ਹੁੰਦੀ ਹੈ ਆਪਸ਼ਨ ਫਾਰਮ ਨੰਬਰ 31 ਹੁੰਦਾ ਉਹ ਜਦੋਂ ਅਸੀਂ ਉਹ ਫਿਲ ਕਰਾਂਗੇ ਤਾਂ ਸਾਨੂੰ ਨੀਚੇ ਭਰਨਾ ਪੈਂਦਾ ਹੈ ਕਿਸ ਬੇਸ ਲਈ ਤੁਸੀਂ ਪੈਸੇ ਕਢਾ ਰਹੇ ਹੋ ਤੇ ਸਾਰੀ ਕੰਡੀਸ਼ਨ ਆ ਜਾਂਦੀ ਹੈ ਜਿਹੜੀ ਟਿਕ ਤੇ ਲਗਾ ਦੋਗੇ ਉਸ ਬੇਸ ਤੋਂ ਪੈਸੇ ਨਿਕਲ ਜਾਂਦੇ ਰਿਪੋਰਟਡ ਫੰਡ ਫਿਰ ਹੈਗਾ ਨੋਮੀਨੇਸ਼ਨ ਜਦੋਂ ਵੀ ਤੁਹਾਡਾ ਫੰਡ ਕਟਿੰਗ ਹੁੰਦੀ ਹੈਗੀ ਹੈ ਕਿਸੇ ਵੀ ਕੰਪਨੀ ਸਟਾਰਟ ਹੋਵਾਂਗੇ ਫੰਡ ਕੱਢਣਾ ਸਟਾਰਟ ਹੋਇਆ ਤਾਂ ਉਹਦੇ ਵਿੱਚ ਨੋਮੀਨੇਸ਼ਨ ਜ਼ਰੂਰ ਪੁੱਛਦੀ ਹੈਗੀ ਹੈ ਨੋਮੀਨੇਸ਼ਨ ਹੁੰਦਾ ਜਦੋਂ ਤੁਹਾਡੇ ਬਿਹਾਫ ਤੇ ਅਗਰ ਮੰਨ ਲਓ ਬਾਈ ਦਾ ਵੇ ਤੁਸੀਂ ਫਿਊਚਰ ਦੇ ਵਿੱਚ ਨਹੀਂ ਰਹੇ ਹੈ ਨਾ ਨਹੀਂ ਰਹੇ ਮਤਲਬ ਕਿ ਕਿਤੇ ਚਲੇ ਗਏ ਇੱਦਾਂ ਜ਼ਰੂਰੀ ਨਹੀਂ ਹੈ ਵੀ ਦੁਨੀਆਂ ਤੋਂ ਚਲੇ ਗਏ ਬਾਹਰ ਚਲੇ ਗਏ ਵੀ ਅਸੀਂ ਨਹੀਂ ਹੁੰਦੇ ਤਾਂ ਤੁਹਾਡੀ ਜਗ੍ਹਾ ਜਿਹੜਾ ਨੋਮੀਨੀ ਹੋਏਗਾ ਹਮੇਸ਼ਾ ਇਹਨਾਂ ਵੀ ਸੋਚੋ ਵੀ ਅਸੀਂ ਮਰਮਰ ਲੈ ਜਾਵਾਂਗੇ ਠੀਕ ਹੈ ਨੋਮੀਨੀ ਜਿਹੜਾ ਹੋਏਗਾ ਉਹ ਵੀ ਤੁਹਾਡੇ ਪੈਸੇ ਲੈ ਸਕਦੇ ਨੋਮੀਨੀ ਕਿਹੜੇ ਕਿਹੜੇ ਪਰਸਨ ਬਣ ਸਕਦੇ ਦੇਖੋ ਸਨ ਹੂ ਹੈਵ ਅਟੇਨਡ ਅ ਮੈਜੋਰਟੀ ਜਿਹੜੇ ਤੁਹਾਡਾ ਮੀਨਸ ਆਪਣਾ ਤੁਹਾਡਾ ਅੱਗੇ ਜਵਾਕ ਪਏਗਾ ਜਿਹੜਾ ਕਿ ਮੈਜੋਰਟੀ ਦੇ ਵਿੱਚ ਆ ਗਿਆ ਉਹਦੀ ਅਗਰ ਉਮਰ 18 ਸਾਲ ਤੋਂ ਉੱਪਰ ਆ ਗਈ ਹੈ ਛੋਟਾ ਹੈਗਾ ਤਾਂ ਉਹਨੂੰ ਕੋਈ ਪੈਸੇ ਨਹੀਂ ਦੇਣੇ ਹੁਣ ਤਾਂ ਲੋਕਾਂ ਨੂੰ ਵੰਡ ਆਉਣੇ ਨੇ ਇੱਦਾਂ ਦੇ ਵੀ ਉਸ ਆਏ ਸਨ ਆਫ ਅ ਡਿਸੀਜ਼ ਸਨ ਹੂ ਹੈਜ਼ ਅਟੇਨਡ ਮੈਜੋਰਟੀ ਅਗਰ ਤੁਹਾਡਾ ਮੁੰਡਾ ਉਦੋਂ ਅੱਗੇ ਤੋਂ ਅੱਗੇ ਉਹ ਮੁੰਡਾ ਕੋਈ ਹੈਗਾ ਠੀਕ ਹੈ ਉਹਨੂੰ ਵੀ ਪੈਸੇ ਮਿਲ ਸਕਦੇ ਹੈਗੇ ਉਹ ਵੀ ਮੈਜੋਰਟੀ ਦੇ ਵਿੱਚ ਆਉਣਾ ਮੈਰਿਡ ਡੋਟਰਸ ਹੂਜ਼ ਹਸਬੈਂਡ ਆਰ ਅਲਾਈਵ ਅਗਰ ਤੁਹਾਡੀਆਂ ਕੁੜੀਆਂ ਹੈਗੀਆਂ ਉਹ ਵੀ ਦੇਸ਼ ਵੀ ਕੰਡੀਸ਼ਨ ਹੈਗੀਆਂ ਵੀ ਉਹਨਾਂ ਦਾ ਅੱਗੋਂ ਹਸਬੈਂਡ ਜੋ ਹੈ ਉਹ ਵੀ ਦਿੰਦਾ ਹੋਵੇ ਤਾਂ ਪੈਸੇ ਮਿਲਣਗੇ ਇਹ ਨਹੀਂ ਕਿ ਕੁੜੀਆਂ ਦੇ ਅੱਗੇ ਨਹੀਂ ਹੈਗੇ ਤਾਂ ਫਿਰ ਪੈਸੇ ਨਹੀਂ ਮਿਲਦੇ ਹੈਗੇ ਮੈਰਿਡ ਡੋਟਰ ਓਵਰ ਡਿਸੀਜ਼ ਸਨ ਹੂਜ਼ ਹਸਬੈਂਡ ਆਰ ਅਲਾਈਵ ਤੁਹਾਡੀ ਜਿਹੜੀ ਕੁੜੀ ਅਸੀਂ ਮੰਨ ਲੈਂਦੇ ਜਿਵੇਂ ਤੁਹਾਡੇ ਮੁੰਡੇ ਦੀ ਅੱਗੋਂ ਘਰ ਵਾਲੀ ਹੋ ਗਈ ਤਾਂ ਉਹਨੂੰ ਵੀ ਪੈਸੇ ਮਿਲ ਸਕਦੇ ਹੈਗੇ ਅਸੀਂ ਨੋਮੀਨੀ ਜਿਹੜੀ ਬਣਾਵਾਂਗੇ ਉਹਨਾਂ ਨੂੰ ਬਣਾਵਾਂਗੇ ਮੋਸਟਲੀ ਜਾਂ ਫਿਰ ਤੁਸੀਂ ਫਾਦਰ ਮਦਰ ਨੂੰ ਵੀ ਬਣਾ ਸਕਦੇ ਹੈਗੇ ਤਾਂ ਨੋਮੀਨੀ ਦੇ ਵਿੱਚ ਫਾਇਦਾ ਇਹ ਹੁੰਦਾ ਕਿ ਤੁਹਾਡਾ ਪੈਸਾ ਜੋ ਹੈ ਤੁਹਾਡੇ ਬਿਹਾਫ 'ਤੇ ਤੁਹਾਡਾ ਨੋਮੀਨੀ ਵੀ ਲੈ ਸਕਦਾ ਫਿਰ ਹੈਗਾ ਟ੍ਰਾਂਸਫਰ ਟ੍ਰਾਂਸਫਰ ਦਾ ਮਤਲਬ ਹੋਇਆ ਅਸੀਂ ਆਪਣੇ ਫੰਡ ਦਾ ਪੈਸਾ ਜ਼ਰੂਰੀ ਨਹੀਂ ਕਿ ਵਿਦਡਰਾਅ ਹੀ ਕਰਾਉਣਾ ਕਈ ਵਾਰ ਕੀ ਅਸੀਂ ਰਨਿੰਗ ਟਾਈਮ ਦੀ ਤੁਸੀਂ ਕੰਪਨੀ ਛੱਡਤੀ ਜਿਵੇਂ ਇਹਨਾਂ ਗੌਰਮੈਂਟ ਨੂੰ ਫਿਕਸ ਕਰਤਾ ਵੀ ਪੈਨਸ਼ਨ ਸਕੀਮ ਲਈ ਅਗਰ ਤੁਸੀਂ ਘੱਟੋ ਘੱਟ 10 ਸਾਲ ਕੰਮ ਕਰੋਗੇ ਤਾਂ ਤੁਹਾਡਾ ਫੰਡ ਦੇ ਵਿੱਚ ਪੈਨਸ਼ਨ ਸਕੀਮ ਲੱਗੇਗੀ ਹੁਣ ਕੁਛ ਇੰਪਲੋਈ ਹੁੰਦੀ ਕੰਪਨੀ ਛੱਡੀ ਫੰਡ ਵਾਲਾ ਪੈਸਾ ਕਢਾ ਲਿਆ ਉੱਥੋਂ ਨਵਾਂ ਫੀਲਡ ਵਾਲਾ ਫੰਡ ਸਟਾਰਟ ਹੋ ਗਿਆ ਇਹਨਾਂ ਦੀ ਟ੍ਰਾਂਸਫਰ ਫੈਸਿਲਿਟੀ ਦਿੱਤੀ ਅਗਰ ਕੰਪਨੀ ਤੁਸੀਂ ਲੀਵ ਕਰਦੇ ਹੋ ਰਨਿੰਗ ਟਾਈਮ ਦੇ ਵਿੱਚ ਉਹੀ ਫੰਡ ਨੰਬਰ ਦੂਸਰੀ ਕੰਪਨੀ ਦੇ ਵਿੱਚ ਵੀ ਚਲਾ ਸਕਦੇ ਹੋ ਤੁਹਾਡਾ ਪੈਸਾ ਦੂਸਰੀ ਕੰਪਨੀ ਦੇ ਵਿੱਚ ਕੱਟਣ ਲੱਗ ਜਾਏਗਾ ਮੀਨ ਤੁਹਾਡਾ ਫੰਡ ਨੰਬਰ ਚੇਂਜ ਨਹੀਂ ਹੋਏ ਉਹ ਕੰਪਨੀ ਕੇ ਰੇਟ ਜਿਤਨੀ ਆਪਕੀ ਸੈਲਰੀ ਲੱਗੇਗੀ ਹਰ ਵਾਰ ਇਹ ਨਹੀਂ ਹੁੰਦਾ ਵੀ 2000 ਹੀ ਕੱਟੇਗਾ ਜਿਤਨੀ ਕੰਪਨੀ ਮੇ ਸੈਲਰੀ ਲੱਗੀ ਆਪਕੀ ਜੋ ਬੇਸਿਕ ਪੇ ਹੋਗੀ ਉਸਕਾ 10% ਆਪਕਾ ਫੰਡ ਮੇ ਜਾਏਗਾ ਠੀਕ ਹੈ ਤਾਂ ਉਸ ਟ੍ਰਾਂਸਫਰ ਫੈਸਿਲਿਟੀ ਹਮਾਰੇ ਪਾਸ ਹੈ ਰਨਿੰਗ ਟਾਈਮ ਮੇ ਹਮਨੇ ਕੰਪਨੀ ਛੋੜ ਦੀ ਨਈ ਕੰਪਨੀ ਮੇ ਆ ਗਈ ਤਾਂ ਵਹੀ ਫੰਡ ਨੰਬਰ ਦੂਸਰੀ ਕੰਪਨੀ ਮੇ ਚਲਾ ਸਕਦੇ ਇੱਕ ਹੈਗੀ ਅਕਾਊਂਟ ਸਲਿਪ ਜਦੋਂ ਵੀ ਤੁਹਾਡੇ ਫੰਡ ਦੇ ਪੈਸੇ ਕੱਢਦੇ ਚਲੇ ਜਾਂਦੇ ਹੈ ਹਰੇਕ ਮਹੀਨੇ ਲਗਾ ਲਓ ਜਾਂ 3 ਮਹੀਨੇ ਜਾਂ 6 ਮਹੀਨੇ ਬਾਅਦ ਜੋ ਹੈ ਸਲਿਪ ਜ਼ਰੂਰ ਆਉਂਦੀ ਹੁੰਦੀ ਹੈ ਕੰਪਨੀਆਂ ਦੇ ਵਿੱਚ ਤੁਹਾਡਾ ਇੰਨਾ ਪੈਸਾ ਕੱਢਿਆ ਗਿਆ ਉਹਦੇ 'ਤੇ ਇੰਨੇ ਪਰਸੈਂਟ ਜਿਹੜਾ ਫੰਡ ਦੇ ਵਿੱਚ ਗਿਆ ਸੈਲ ਉਸ ਅਕਾਊਂਟ ਸਲਿਪ ਬਣਦੀ ਹੁੰਦੀ ਤੁਹਾਡੇ ਫੰਡ ਪ੍ਰੋਵੀਡੈਂਟ ਫੰਡ ਨੂੰ ਸਲਿਪ ਆਉਂਦੀ ਹੁੰਦੀ ਨਹੀਂ ਤਾਂ ਅੱਜ ਕੱਲ੍ਹ ਜਿਵੇਂ ਕੀ ਹੈ ਐਪ ਵਗੈਰਾ ਸਟਾਰਟ ਹੋ ਗਈ ਉਮੰਗ ਐਪ ਹੈਗੀ ਹੈ ਤੁਸੀਂ ਉਹਦੇ ਉੱਪਰ ਆਪਣਾ ਬੈਲੈਂਸ ਚੈੱਕ ਕਰਦੇ ਰਹਿ ਸਕਦੇ ਹੈਗੇ ਤੁਹਾਨੂੰ ਮੈਸੇਜ ਵੀ ਆਉਂਦਾ ਰਹਿੰਦਾ ਜਦੋਂ ਇੰਪਲੋਇਰ ਤੁਹਾਡੇ ਪੈਸੇ ਕੱਢ ਕੇ ਫੰਡ ਦਫ਼ਤਰ ਜਮ੍ਹਾਂ ਕਰਵਾਉਣਗੇ ਨਾਲ ਦਿਆਂ ਤੁਹਾਨੂੰ ਮੈਸੇਜ ਆ ਜਾਂਦਾ ਤੁਸੀਂ ਪੁੱਛ ਲਓਗੇ ਤੁਹਾਡੇ ਇੰਨੇ ਪੈਸੇ ਜਮ੍ਹਾਂ ਹੋ ਗਏ ਫੰਡ ਦੇ ਵਿੱਚ ਐਗਜ਼ੰਪਸ਼ਨ ਐਗਜ਼ੰਪਸ਼ਨ ਦਾ ਮਤਲਬ ਹੁੰਦਾ ਕਿਹੜੀ ਕਿਹੜੀ ਕੰਪਨੀ ਦੇ ਵਿੱਚ ਛੂਟ ਹੈ ਉਹ ਕੰਪਨੀਆਂ ਜਿਹੜੀਆਂ ਕਿ ਕੋਆਪਰੇਟਿਵ ਸੋਸਾਇਟੀ ਨੇ ਜਿਨ੍ਹਾਂ ਦੇ 50 ਤੋਂ ਜ਼ਿਆਦਾ ਘੱਟ ਮੈਂਬਰ ਕੰਮ ਕਰ ਰਹੇ ਨੇ ਉਹ ਇਹਦੇ ਵਿੱਚ ਨਹੀਂ ਆਉਂਦੀ ਅਦਰ ਇਸਟੈਬਲਿਸ਼ਮੈਂਟ ਜਿਹਨੇ ਕਿ ਜਿਨ੍ਹਾਂ ਦੇ 20 ਤੋਂ ਘੱਟ ਮੈਂਬਰ ਕੰਮ ਕਰ ਰਹੇ ਨੇ ਉਹ ਵੀ ਇਹਦੇ ਵਿੱਚ ਨਹੀਂ ਆਉਂਦੀ ਜਾਂ ਫਿਰ ਉਹ ਕੰਪਨੀਆਂ ਜਿਹੜੀਆਂ ਕਿ ਪ੍ਰਾਈਵੇਟ ਇੱਦਾਂ ਹੀ ਬਿਜ਼ਨਸ ਛੋਟੇ ਛੋਟੇ ਸਟਾਰਟ ਕੀਤੇ ਹੋਏ ਨੇ ਉਹ ਸਾਰੀਆਂ ਫੰਡ ਦੇ ਵਿੱਚ ਨਹੀਂ ਆਉਂਦੀਆਂ ਅਗਰ ਕੋਈ ਕੰਪਨੀ ਚਾਹਣ ਵੀ ਅਸੀਂ ਪੈਸਾ ਕਟਵਾਉਣਾ ਚਾਹੁੰਦੇ ਹੈਗੇ ਹਾਂ ਫੰਡ ਦਾ ਤਾਂ ਉਹ ਕਟਵਾ ਵੀ ਸਕਦੇ ਨੇ ਇਹਦੇ ਵਿੱਚ ਕੋਈ ਰੋਕ ਨਹੀਂ ਫਿਰ ਹੈਗਾ ਇੰਪਲੋਈ ਡਿਪੋਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਇਹ ਫੰਡ ਦੇ ਵਿੱਚ ਹੀ 1976 ਨੂੰ ਇੰਸ਼ੋਰੈਂਸ ਸਕੀਮ ਵੀ ਸਟਾਰਟ ਹੋ ਗਈ ਸੀ ਇਹਦੇ ਲਈ ਵੀ ਹਰੇਕ ਇੰਪਲੋਈ ਨੂੰ ਕੋਈ ਅਲੱਗ ਤੋਂ ਪੈਸਾ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਤੁਹਾਡੇ ਫੰਡ ਦਾ ਜਿਹੜਾ ਪੈਸਾ ਇਕੱਠ ਹੁੰਦਾ ਉਹਦੇ ਵਿੱਚੋਂ ਕੁਛ ਵੀ ਉਹਨਾਂ ਨੇ ਕਿ ਤੁਹਾਡੇ ਫੰਡ ਦੀ ਵੀ ਇੰਸ਼ੋਰੈਂਸ ਤੁਹਾਡੇ ਨਾਲ ਕਰ ਦਿੱਤੀ ਇੰਸ਼ੋਰੈਂਸ ਦਾ ਮਤਲਬ ਹੋਏਗਾ ਕਿ ਮੰਨ ਲਓ ਤੁਹਾਡੀ ਬਾਈ ਚਾਂਸ ਕਦੀ ਡੈਥ ਵਗੈਰਾ ਹੁੰਦੀ ਜਾਂ ਨੋਰਮਲੀ ਕੋਈ ਤਾਂ ਐਕਸੀਡੈਂਟ ਵਗੈਰਾ ਹੁੰਦਾ ਤਾਂ ਉਹਦੇ ਟਾਈਮ 'ਤੇ ਤੁਹਾਨੂੰ ਕਿ ਇੰਸ਼ੋਰੈਂਸ ਦੇ ਪੈਸੇ ਮਿਲ ਜਾਣਗੇ ਇਸਦੇ ਲਈ ਕੋਈ ਇੰਪਲੋਈ ਨੂੰ ਜਾਂ ਫਿਰ ਇੰਪਲੋਇਰ ਨੂੰ ਅਲੱਗ ਤੋਂ ਪੈਸੇ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਪੈਂਦੀ ਇਹ ਜਿਹੜੀ ਸਕੀਮ ਅਪਲਾਈ ਹੋਈ 1976 ਪਹਿਲਾਂ ਜਿਹੜਾ ਐਕਟ ਸਟਾਰਟ ਹੋਇਆ 1952 ਸਿਰਫ ਫੰਡ ਦਾ ਪੈਸਾ ਕੱਢਣਾ ਸਟਾਰਟ ਹੋਇਆ ਸੀ ਉਹ 10% ਤੁਹਾਡਾ ਕੱਢਦਾ ਸੀਗਾ ਉਹਨੇ ਹੀ ਪੈਸੇ ਇੰਪਲੋਇਰ ਪਾ ਦਿੰਦਾ ਸੀਗਾ ਫਿਰ 1976 ਵਿੱਚ ਇਹਨਾਂ ਨੇ ਇੰਸ਼ੋਰੈਂਸ ਸਕੀਮ ਸਟਾਰਟ ਕਰਤੀ ਤੁਹਾਡਾ ਜਿਹੜਾ ਫੰਡ ਦਾ ਪੈਸਾ ਕੱਢਿਆ ਜਾ ਰਿਹਾ ਪਲੱਸ ਇੰਪਲੋਇਰ ਪੈਸਾ ਲਗਾ ਰਿਹਾ ਉਹਦੇ ਉੱਪਰ ਇੰਸ਼ੋਰੈਂਸ ਸਟਾਰਟ ਕਰਤੀ ਅਗਰ ਮੰਨ ਲਓ ਤੁਹਾਡੀ ਕਹਿੰਦਾ ਜਿਵੇਂ ਇਹਨਾਂ ਨੇ ਇੱਕ ਇਹਦੇ ਵਿੱਚ ਲਿਖੀ ਹੈਗੀ ਹੈ 0.55% ਪੇਡ ਟੂ ਇੰਪਲੋਈਜ਼ ਕੰਟਰੀਬਿਊਸ਼ਨ ਜਿੰਨਾ ਵੀ ਉਹਦਾ ਹੋ ਰਿਹਾ ਹੈ ਉਹ ਨਾ 0.5% ਤੁਹਾਡਾ ਉਹਦੇ ਵਿੱਚ ਚਲਾ ਜਾਂਦਾ ਇੰਸ਼ੋਰੈਂਸ ਦੇ ਵਿੱਚ ਉਹਦਾ ਫਾਇਦਾ ਕੀ ਹੁੰਦਾ ਸੀਗਾ ਅਗਰ ਮੰਨ ਲਓ ਇਹਨਾਂ ਦੀ ਕੰਡੀਸ਼ਨ ਲਿਖੀ ਮੰਨ ਲਓ ਤੁਸੀਂ ਕੰਪਨੀ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਤੁਹਾਡੇ 25,000 ਰੁਪਏ ਜਮ੍ਹਾਂ
ਅੰਡਰ ਦੀ ਸਕੀਮ ਨੋਮੀਨੀ ਮੈਂਬਰ ਆਫ ਫੈਮਿਲੀ ਇੰਪਲੋਈਜ਼ ਕਵਰਡ ਇਸਟੈਬਲਿਸ਼ਮੈਂਟ ਵਿਲ ਗੈਟ ਈਵੈਂਟ ਆਫ ਡੈਥ ਅਗਰ ਕਹਿੰਦਾ ਜਿਹੜੇ ਇਹਦੇ ਵਿੱਚ ਨੋਮੀਨੀ ਹੋਣਗੇ ਜਦੋਂ ਮੰਨ ਲਓ ਇੰਪਲੋਈ ਜਿਹਨੇ ਪੈਸੇ ਜਮ੍ਹਾਂ ਕਰਵਾਇਆ ਸੀ ਉਹਦੀ ਡੈਥ ਹੋਈ ਉਸ ਟਾਈਮ ਤੁਹਾਨੂੰ ਪੈਸੇ ਮਿਲਣਗੇ ਵਾਇਲ ਇਨ ਸਰਵਿਸ ਐਂਡ ਅਡੀਸ਼ਨ ਅਮਾਊਂਟ ਇਕੁਅਲ ਟੂ ਦੀ ਐਵਰੇਜ ਬੈਲੈਂਸ ਸਰਵਿਸ ਕਰਦੇ ਸਮੇਂ ਜਿੰਨਾ ਪੈਸਾ ਉਹਨੂੰ ਜਮਾਇਆ ਉਹਦੇ ਐਵਰੇਜ ਬੈਲੈਂਸ ਦੇ ਅਕੋਰਡਿੰਗ ਤੁਹਾਨੂੰ ਪੈਸਾ ਮਿਲ ਜਾਏਗਾ ਇਸ ਚੀਜ਼ ਡਿਊਰਿੰਗ ਦੀ ਪ੍ਰੀਸੀਡਿੰਗ 12 ਮੰਥ ਅਗਰ 12 ਮਹੀਨੇ ਦੇ ਵਿੱਚ ਵਿੱਚ ਉਹਨੂੰ ਮੰਨ ਲਓ ਜਦੋਂ ਕੰਮ ਕਰ ਰਿਹਾ ਸੀ ਡੈਥ ਹੋ ਜਾਂਦੀ ਹੈ ਤਾਂ ਵੈਨ ਐਵਰ ਦੀ ਐਵਰੇਜ ਪ੍ਰੋਵੀਡੈਂਟ ਫੰਡ ਇਜ਼ ਲੈਸ ਦੈਨ 25,000 ਅਗਰ ਉਹਦੇ ਪ੍ਰੋਵੀਡੈਂਟ ਬੈਲੈਂਸ ਦਾ ਬੈਲੈਂਸ ਹੈਗਾ 25,000 ਤੋਂ ਘੱਟ ਫਿਰ ਉਸ ਤੋਂ ਬਾਅਦ ਇੱਕ ਅਮਾਊਂਟ ਇਹਨਾਂ ਨੇ ਵੀ ਲਿਖੀ ਹੈ ਇਨ ਕੇਸ ਵੇਅਰ ਦੀ ਐਵਰੇਜ ਪ੍ਰੋਵੀਡੈਂਟ ਫੰਡ ਬੈਲੈਂਸ ਆਫ ਪ੍ਰੀਸੀਡਿੰਗ 12 ਮੰਥ ਐਕਸੀਡ 25,000 ਪਲੱਸ ਅਗਰ 12 ਮਹੀਨੇ ਦੇ ਟਾਈਮ ਦੇ ਜਦੋਂ ਤੁਸੀਂ ਕਹਿੰਦੇ ਤੁਹਾਡਾ ਪ੍ਰੋਵੀਡੈਂਟ ਫੰਡ ਦਾ ਬੈਲੈਂਸ 25,000 ਤੋਂ ਜ਼ਿਆਦਾ ਹੈ ਤਾਂ ਦੈਨ ਪਲੱਸ 25% ਅਮਾਊਂਟ ਇਨ ਐਕਸੈਸ ਆਫ 25,000 25,000 ਤੋਂ ਉੱਪਰ ਵੀ ਜਿੰਨੀ ਤੁਹਾਡੀ ਅਮਾਊਂਟ ਹੋ ਤਾਂ ਉਹਨੂੰ ਵੀ ਐਕਸੈਸ ਕਰ ਦੇਣਗੇ 25% ਤਾਂ ਤੁਹਾਨੂੰ ਅਮਾਊਂਟ ਜੋ 35,000 ਦੀ ਮਿਲ ਜਾਏਗੀ ਉਹਨਾਂ ਨੇ ਕੰਡੀਸ਼ਨ ਰੱਖੀ ਹੋਈ ਅਗਰ ਤਾਂ 25,000 ਤੋਂ ਘੱਟ ਹੈ ਤਾਂ ਉਹਦੇ ਵਿੱਚ ਉਹ 0.5% ਐਡ ਕਰਕੇ ਦਿੰਦੇ ਹੈਗੇ ਜਿੰਨੀ ਅਮਾਊਂਟ ਹੈਗੀ ਅਗਰ 25,000 ਤੋਂ ਬੈਲੈਂਸ ਤੁਹਾਡਾ ਜ਼ਿਆਦਾ ਹੈਗਾ ਤਾਂ ਪਲੱਸ ਉਹਨਾਂ ਨੇ 25% ਹੋਰ ਐਡ ਕਰਕੇ ਤੁਹਾਨੂੰ ਇਹ ਇੰਸ਼ੋਰੈਂਸ ਜਿਹੜੀ ਲਿੰਕ ਸਕੀਮ ਦਿੱਤੀ ਸੀ ਇਹ ਇੰਪਲੋਈ ਦੇ ਬੈਨੀਫਿਟ ਲਈ ਹੀ ਕਰੀ ਗਈ ਸੀ ਅਗਰ ਰਨਿੰਗ ਟਾਈਮ ਦੇ ਵਿੱਚ ਉਹਨਾਂ ਨੂੰ ਮੰਨ ਲਓ ਕੋਈ ਡੈਥ ਹੋ ਗਿਆ ਜਾਂ ਕੁਛ ਫੈਮਿਲੀ ਹੁੰਦੀ ਤਾਂ ਫਿਰ ਇਹਨਾਂ ਨੇ ਅੱਗੇ ਉਸ ਤੋਂ ਬਾਅਦ ਇੱਕ ਹੋਰ ਸਕੀਮ ਇਹਦੇ ਵਿੱਚ ਐਡ ਕੀਤੀ ਸੀ ਆਪਾਂ ਨੇ ਕੱਲ੍ਹ ਪਾ ਲਈ ਸੀਗੀ ਉਹ ਹੈਗੀ ਸੀਗੀ ਇੰਪਲੋਈ ਪੈਨਸ਼ਨ ਸਕੀਮ ਇਹ ਜਿਹੜੀ ਸਟਾਰਟ ਹੋਈ ਸੀ ਇਹਦੇ ਵਿੱਚ 1995 ਦੇ ਵਿੱਚ ਮਤਲਬ ਈਪੀਐਫ ਦਾ ਫੰਡ ਫਿਰ ਤੁਹਾਡਾ 3 ਭਾਗ ਦੇ ਵਿੱਚ ਡਿਵਾਈਡ ਹੋ ਗਿਆ ਸੀ ਪਹਿਲਾਂ 2 ਭਾਗ ਹੀ ਚੱਲਦੇ ਸੀਗੇ ਇੰਪਲੋਈ ਸ਼ੇਅਰ ਇੰਪਲੋਇਰ ਸ਼ੇਅਰ ਹੁਣ ਜਿਹੜੇ 3 ਸ਼ੇਅਰ ਚੱਲਦੇ ਹੈ ਇੰਪਲੋਈ ਸ਼ੇਅਰ ਇੰਪਲੋਇਰ ਸ਼ੇਅਰ ਔਰ ਪੈਨਸ਼ਨ ਸ਼ੇਅਰ ਤੁਹਾਡਾ ਜਿੰਨਾ ਪੈਸਾ ਘੱਟ ਹੋਇਆ ਫਿਰ ਉਨਾ ਹੀ ਪੈਸਾ ਇੰਪਲੋਇਰ ਨੇ ਪਾਉਣਾ ਉਹਦੇ ਵਿੱਚੋਂ 8.33% ਇਹਦੇ ਵਿੱਚ ਚਲਾ ਜਾਂਦਾ ਪੈਨਸ਼ਨ ਸਕੀਮ ਇੰਪਲੋਈ ਜੋ ਤੁਹਾਡਾ ਆਪਣਾ ਪੈਸਾ ਕੱਟਦਾ ਹੈ ਇੰਪਲੋਇਰ ਹੋ ਗਿਆ ਜੋ ਕੰਪਨੀ ਦਾ ਮਾਲਿਕ ਜਿੰਨਾ ਪੈਸਾ ਉਸਨੇ ਵੀ ਡਾਲਣਾ ਹੈ ਮੰਨ ਲਓ ਤੁਹਾਡਾ 1,000 ਕੱਟਾ ਤਾਂ ਇੰਪਲੋਇਰ ਵੀ 1,000 ਡਾਲੇਗਾ 1,000 ਮੇਂ 8.33% ਆਪਕਾ ਪੈਨਸ਼ਨ ਸਕੀਮ ਮੇਂ ਚਲਦਾ ਕੋਈ ਅਲੱਗ ਸੇ ਪੈਸੇ ਕਿਸੇ ਕੋ ਡਾਲਣੇ ਕੀ ਜ਼ਰੂਰਤ ਫਿਰ ਇਸਮੇਂ ਆਤਾ ਹੈ ਪੈਨਲਟੀਜ਼ ਅੰਡਰ ਦਿਸ ਐਕਟ ਇਹ ਡਿਟਰਮੀਨੇਸ਼ਨ ਵਗੈਰਾ ਰਿਕਵਰੀ ਪਲੀਜ਼ ਕਰਨ ਬਾਅਦ ਦੇਖਦੇ ਹਾਂ ਪੈਨਲਟੀਜ਼ ਅੰਡਰ ਦਿਸ ਐਕਟ ਇਸ ਐਕਟ ਦੇ ਵਿੱਚ ਪੈਨਲਟੀਜ਼ ਵੀ ਹੈਗੀਆਂ ਨੇ ਮੰਨ ਲਓ ਕੋਈ ਫੰਡ ਦੇ ਪੈਸੇ ਹੋ ਗਏ ਜਾਂ ਫਿਰ ਤੁਹਾਡੀ ਇਨਸ਼ੋਰੈਂਸ ਜਿਵੇਂ ਪੈਨਸ਼ਨ ਸਕੀਮ ਅਗਰ ਕੋਈ ਇੰਪਲੋਇਰ ਇਹਦੇ ਵਿੱਚ ਫੇਲ ਹੁੰਦਾ ਹੈਗਾ ਪੈਸੇ ਦੇਣ ਦੇ ਵਿੱਚ ਮੀਨਸ ਪੈਸੇ ਨਹੀਂ ਜਮ੍ਹਾਂ ਕਰਵਾਉਣੇ ਉਹਦੇ ਅਗਰ ਪੈਨਲਟੀ ਦੇਖੋ ਵੈਨ ਐਨ ਇੰਪਲੋਇਰ ਫੇਲ ਟੂ ਰਿਮਿਟ ਡਿਊਜ਼ ਦੀ ਸਕੀਮ ਵਿਦ ਇਨ 15 ਡੇਜ਼ 20 ਡੇਜ਼ ਐਂਡ 5 ਡੇਜ਼ ਬੇਸ ਪੀਰੀਅਡ ਡੇਜ਼ ਆਫ ਕਲੋਜ਼ ਆਫ ਈਚ ਮੰਥ ਇੰਪਲੋਇਰ ਵਿਲ ਬੀ ਲੇਬਲ ਟੂ ਪੇ ਪੈਨਲ ਡੈਮੇਜਿਸ ਮੇ ਬੀ ਡਿਟਰਮਾਈਨਡ ਰੀਜਨਲ ਕਮਿਸ਼ਨਰ ਐਕਸੀਡਿੰਗ 37% ਆਫ ਦੀ ਅਰੀਅਰਸ ਅਗਰ ਕੋਈ ਇੰਪਲੋਇਰ ਮੰਨ ਲਓ ਕਹਿੰਦਾ 15 ਜਾਂ ਫਿਰ 20 ਦਿਨ ਉਸ ਤੋਂ ਬਾਅਦ 5 ਦਿਨ ਦਾ ਗ੍ਰੇਸ ਪੀਰੀਅਡ ਮਿਲਦਾ ਉਹਨੂੰ ਹੈਗਾ 5 ਦਿਨ ਉਹਨੂੰ ਐਕਸਟਰਾ ਮਿਲ ਜਾਂਦੇ ਉਹਨੇ ਟਾਈਮ ਪੀਰੀਅਡ ਜੇ ਅਗਰ ਕੋਈ ਇੰਪਲੋਇਰ ਪੈਸੇ ਜਮ੍ਹਾਂ ਨਹੀਂ ਕਰ ਪਾਉਂਦਾ ਤਾਂ ਜਿਹੜਾ ਰੀਜਨਲ ਕਮਿਸ਼ਨਰ ਹੋਏਗਾ ਫੰਡ ਦੇ ਦਫ਼ਤਰ ਦੇ ਵਿੱਚ ਉਹ ਲੇਟ ਹੋਣ ਕਰਕੇ ਉਹਨੂੰ 37% ਤੱਕ ਜੁਰਮਾਨਾ ਲਗਾ ਸਕਦਾ ਜਿੰਨਾ ਪੈਸਾ ਉਹਨੇ ਜਮ੍ਹਾਂ ਕਰਵਾਉਣਾ ਸੀਗਾ 37% ਤੱਕ ਉਹਨੂੰ ਜੁਰਮਾਨਾ ਲਗਾ ਸਕਦਾ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਕੰਡੀਸ਼ਨ ਇਹ ਵੀ ਲਿਖੀ ਅਗਰ ਮੰਨ ਲਓ ਕੋਈ ਇੰਪਲੋਇਰ ਪੈਸੇ ਨਹੀਂ ਦਿੰਦਾ ਹੈਗਾ ਤਾਂ ਉਹਨੂੰ ਕਹਿੰਦਾ ਪਨਿਸ਼ਮੈਂਟ ਵੀ ਹੋ ਸਕਦੀ ਹੈ ਜਿਹੜੀ 6 ਮਹੀਨੇ ਤੋਂ ਲੈ ਕੇ ਸਾਲ ਤੱਕ ਵੀ ਹੋ ਸਕਦੀ ਹੈ ਉਦੋਂ ਜੁਰਮਾਨਾ 2,000 ਤੋਂ ਲੈ ਕੇ 5,000 ਤੱਕ ਦਾ ਵੀ ਹੋ ਸਕਦਾ ਹੈ ਜਾਂ ਫਿਰ ਕਈ ਕੰਡੀਸ਼ਨ ਦੇ ਵਿੱਚ ਉਹਨੂੰ ਦੋਨੋਂ ਚੀਜ਼ਾਂ ਵੀ ਹੋ ਜਾਣਗੀਆਂ ਪਨਿਸ਼ਮੈਂਟ ਪਲੱਸ ਜੁਰਮਾਨਾ ਦੋਨੋਂ ਚੀਜ਼ਾਂ ਵੀ ਲੱਗ ਸਕਦੀਆਂ ਬਾਕੀ ਇਹਦੇ ਵਿੱਚ ਇੰਨਾ ਕੁਛ ਪੜਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਪੈਨਲਟੀ ਸੁਣੀਆਂ ਇਹਦੇ ਵਿੱਚ ਇਹੀ ਆਉਂਦੀ ਜਾਂ ਤਾਂ ਕਮਿਸ਼ਨਰ ਜੇ ਅਗਰ ਲੇਟ ਹੋ ਰਿਹਾ ਤਾਂ 37% ਤੱਕ ਅਰੀਅਰ ਦਾ ਜੁਰਮਾਨਾ ਲਗਾ ਸਕਦਾ ਅਗਰ ਉਹ ਚੀਜ਼ ਨਹੀਂ ਹੋ ਰਹੀ ਫਿਰ ਵੀ ਕੰਡੀਸ਼ਨ ਦਿੱਤੀ ਉਹਨੂੰ ਪਲੱਸ ਸਾਲ ਤੱਕ ਦੀ ਪਨਿਸ਼ਮੈਂਟ ਵੀ ਹੋ ਸਕਦੀ ਹੈ ਜਾਂ ਫਿਰ ਉਹਨੂੰ 5,000 ਤੱਕ ਦਾ ਜੁਰਮਾਨਾ ਇਹ ਉਦੋਂ ਜਦੋਂ ਐਕਟ ਸਟਾਰਟ ਹੋਇਆ ਸੀ ਉਦੋਂ ਸੀਗਾ ਠੀਕ ਹੈ ਅੱਜ ਦੇ ਟਾਈਮ ਤਾਂ ਮੇ ਬੀ ਸ਼ਾਇਦ ਜ਼ਿਆਦਾ ਵੀ ਹੋਏਗਾ ਮੋਸਟਲੀ ਅਗਰ ਜਿੰਨੀ ਕੰਪਨੀ ਹੈਗੀਆਂ ਨੇ ਉਹ ਟਾਈਮ ਟੂ ਅਕੋਰਡਿੰਗ ਆਪਣਾ ਪੈਸਾ ਜਮ੍ਹਾਂ ਕਰਵਾ ਹੀ ਦਿੰਦੀ ਹੈ ਪੈਨਲਟੀਜ਼ ਵੀ ਸਾਨੂੰ ਨਾਲ ਲਿਖਣੀਆਂ ਪੈਂਦੀਆਂ ਕਿਉਂਕਿ ਜਦੋਂ ਕਿਸੇ ਵੀ ਐਕਟ ਬਾਰੇ ਗੱਲ ਕਰੋਗੇ ਪੈਨਲਟੀਜ਼ ਵੀ ਜ਼ਰੂਰ ਪੁੱਛਿਆ ਜਾਂਦਾ